ਪਾਰਕ ਦੇ ਵਿੱਚ ਬੈਠੇ ਇੱਕ ਪ੍ਰੇਮੀ ਜੋੜੇ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਦੋਵਾਂ ਨੇ 2 ਮਹੀਨੇ ਪਹਿਲਾਂ ਹੀ ਦਿੱਲੀ ਦੇ ਵਿੱਚ ਲਵ ਮੈਰਿਜ ਕਰਵਾਈ ਸੀ ਅਤੇ ਹੁਣ ਇਹ ਜਿਵੇਂ ਹੀ ਪਾਰਕ ਦੇ ਵਿੱਚ ਪਹੁੰਚੇ ਤਾਂ 2 ਹਮਲਾਵਰ ਆਉਂਦੇ ਨੇ ਬਾਈਕ ਦੇ ਉੱਤੇ ਸਵਾਰ ਹੋ ਕੇ ਅਤੇ ਦੋਵਾਂ ਦੇ ਵੱਲੋਂ ਕਰੀਬ 7 ਫਾਇਰ ਕੀਤੇ ਜਾਂਦੇ ਨੇ ਜਿਸ ਦੇ ਨਾਲ ਇਹਨਾਂ ਦੋਵਾਂ ਦੀ ਹੀ ਮੌਤ ਹੋ ਗਈ ਹੈ। ਹਾਲਾਂਕਿ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੂੰ ਇਹ ਵਿਆਹ ਮਨਜ਼ੂਰ ਨਹੀਂ ਸੀ ਜਿਸ ਦੇ ਕਾਰਨ ਉਹ ਅਕਸਰ ਹੀ ਮੁੰਡੇ ਨੂੰ ਫੋਨ ਦੇ ਉੱਤੇ ਧਮਕੀਆਂ ਦਿੰਦੇ ਰਹਿੰਦੇ ਸਨ ਅਤੇ ਹੁਣ ਬੀਤੇ ਦਿਨਾਂ ਜਦੋਂ ਉਹ ਇੱਕ ਪਾਰਕ ਦੇ ਵਿੱਚ ਬੈਠੇ ਤਾਂ ਉੱਥੇ 2 ਬਦਮਾਸ਼ ਆਉਂਦੇ ਨੇ ਅਤੇ ਆਉਂਦੇ ਸਾਰ ਹੀ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਦੋਵਾਂ ਦੀ ਹੀ ਮੌਤ ਹੋ ਗਈ ਹੈ। ਦੱਸ ਦਈਏ ਕਿ ਲੜਕੇ ਦੀ ਪਹਿਚਾਣ ਤੇਜਵੀਰ ਵਜੋਂ ਹੋਈ ਹੈ ਅਤੇ ਲੜਕੀ ਦੀ ਪਹਿਚਾਣ ਮੀਨਾ ਵਜੋਂ ਹੋਈ ਹੈ। ਹਾਲਾਂਕਿ ਦੋਵਾਂ ਦੀ ਸੋਸ਼ਲ ਮੀਡੀਆ ਦੇ ਰਾਹੀਂ ਦੋਸਤੀ ਹੋਈ ਸੀ। ਦੋਸਤੀ ਤੋਂ ਬਾਅਦ ਪਿਆਰ ਹੁੰਦਾ ਹੈ, ਪਿਆਰ ਤੋਂ ਬਾਅਦ ਜਦੋਂ ਨੌਬਤ ਵਿਆਹ ਦੀ ਪਹੁੰਚਦੀ ਹੈ ਤਾਂ ਦੋਵਾਂ ਦੇ ਪਰਿਵਾਰਕ ਮੈਂਬਰ ਜੋ ਨੇ ਇਸ ਵਿਆਹ ਦੇ ਖਿਲਾਫ ਹੋ ਜਾਂਦੇ ਨੇ। ਹਾਲਾਂਕਿ ਲੜਕੇ ਦਾ ਜੋ ਬਾਪ ਹੈ ਉਹ ਕੁਝ ਵੀ ਨਹੀਂ ਕਹਿੰਦਾ। ਹਾਲਾਂਕਿ ਲੜਕੇ ਦੇ ਮਾਮੇ ਨੂੰ ਇਸ ਵਿਆਹ ਤੋਂ ਜ਼ਰੂਰ ਐਤਰਾਜ਼ ਹੁੰਦਾ ਹੈ ਅਤੇ ਦੂਜੇ ਪਾਸੇ ਲੜਕੀ ਦੇ ਪਰਿਵਾਰਕ ਮੈਂਬਰ ਇਸ ਵਿਆਹ ਦੇ ਖਿਲਾਫ ਹੋ ਜਾਂਦੇ ਨੇ ਅਤੇ ਹੁਣ ਲੜਕੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ ਨੇ 11 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਿਸ ਦੇ ਵਿੱਚੋਂ 7 ਲੜਕੀ ਦੇ ਪਰਿਵਾਰਕ ਮੈਂਬਰ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਪਾਰਕ ਦੇ ਵਿੱਚ ਬੈਠੇ ਇਹਨਾਂ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ। ਹਾਲਾਂਕਿ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਦੋਂ ਇਹਨਾਂ ਦੋਵਾਂ ਨੇ ਇੱਕ ਮੰਦਿਰ ਦੇ ਵਿੱਚ ਜਾ ਕੇ 7 ਫੇਰੇ ਲਏ ਸੀ। ਹਾਲਾਂਕਿ ਇੱਕ ਵਿਆਹ ਦੇ ਦੌਰਾਨ ਕਿਹਾ ਜਾ ਰਿਹਾ ਕਿ ਇਹਨਾਂ ਦੀ ਮੁਲਾਕਾਤ ਹੁੰਦੀ ਹੈ, ਮੁਲਾਕਾਤ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੋਸਤੀ ਹੁੰਦੀ ਹੈ, ਸੋਸ਼ਲ ਮੀਡੀਆ 'ਤੇ ਦੋਸਤੀ ਹੋਣ ਤੋਂ ਬਾਅਦ ਜਦੋਂ ਵਿਆਹ ਦੀ ਨੌਬਤ ਆਉਂਦੀ ਹੈ ਤਾਂ ਪਰਿਵਾਰ ਜੋ ਨੇ ਪਹਿਲਾਂ ਤਾਂ ਕਿਹਾ ਜਾ ਰਿਹਾ ਕਿ ਰਾਜ਼ੀ ਹੁੰਦੇ ਨੇ ਦੋਵਾਂ ਦੇ ਵਿਆਹ ਦੇ ਲਈ, ਪਰੰਤੂ ਅਚਾਨਕ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਕੀ ਹੁੰਦਾ ਕਿ ਉਹ ਇਸ ਵਿਆਹ ਤੋਂ ਉਲਟ ਹੋ ਜਾਂਦੇ ਨੇ। ਤਾਂ ਫਿਰ ਲੜਕੀ ਦੇ ਵੱਲੋਂ ਜੋ ਕਿਹਾ ਜਾ ਰਿਹਾ ਕਿ ਲਵ ਮੈਰਿਜ ਕਰਵਾ ਲਈ ਜਾਂਦੀ ਹੈ ਇੱਕ ਮੰਦਿਰ ਦੇ ਵਿੱਚ ਜਾ ਕੇ ਅਤੇ ਉਸ ਤੋਂ ਬਾਅਦ ਲਗਾਤਾਰ ਇਸ ਲੜਕੇ ਨੂੰ ਫੋਨ ਦੇ ਉੱਤੇ ਧਮਕੀਆਂ ਮਿਲਦੀਆਂ ਰਹਿੰਦੀਆਂ ਨੇ ਅਤੇ ਹੁਣ ਜਦੋਂ ਉਹ ਬੀਤੇ ਦਿਨਾਂ ਪਾਰਕ ਦੇ ਵਿੱਚ ਬੈਠਾ ਸੀ ਤਾਂ ਉੱਥੇ ਉਸਦਾ ਕਤਲ ਕਰ ਦਿੱਤਾ। ਪਹਿਲਾਂ ਇਹ ਦੋਵੇਂ ਹੀ ਦਿੱਲੀ ਦੇ ਵਿੱਚ ਇੱਕ ਥਾਂ ਦੇ ਉੱਤੇ ਲੁਕ ਲੁਕ ਕੇ ਰਹਿੰਦੇ ਸੀ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਆਪਣੇ ਪਿਤਾ ਦੇ ਕੋਲ ਆ ਗਏ ਸੀ। ਤਾਂ ਲੜਕੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਇਹ ਕਾਰਵਾਈ ਹੁਣ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਇੱਕ ਪ੍ਰੇਮੀ ਜੋੜੇ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਬਹ ਸੂਚਨਾ ਮਿਲੀ ਸੀ ਵੀ ਜੋ ਹੁਕਮਚੰਦ ਪਾਰਕ ਹੈ ਵਹਾਂ ਪਰ 2 ਇੱਕ ਲੇਡੀਜ਼ ਔਰ ਇੱਕ ਜੈਂਟਸ ਸੀ, ਕਿਸੇ ਨੇ ਗੋਲੀ ਮਾਰ ਕਤਲ ਕਰ ਦਿੱਤੀ ਹੈ। ਤੋ ਮੌਕੇ ਪਹੁੰਚ ਕੇ ਕਾਰਵਾਈ ਕੀ ਥੀ ਔਰ ਪਤਾ ਚਲਾ ਥਾ ਵੀ ਮਰਨੇ ਵਾਲੇ ਲੜਕਾ ਬਡਾਲਾ ਕੰਮ ਕਰਨ ਵਾਲਾ ਹੈ ਤੇਜਵੀਰ ਸਿੰਘ ਔਰ ਉਸਦੇ ਸਾਥ ਜੋ ਹੈ ਉਸੀ ਗਰਵਾਲੀ ਹੈ ਜੀ। ਉਸ ਲੜਕੇ ਕੇ ਬਾਪ ਕੇ ਬਿਆਨ ਪਰ ਪਰਚਾ ਦਰਜ ਕਰਕੇ ਆਗਾਮੀ ਕਾਰਵਾਈ ਕੀ ਹੈ, ਪੋਸਟਮਾਰਟਮ ਕਰਵਾਇਆ, ਮੁਲਜ਼ਮੋਂ ਕੀ ਤਲਾਸ਼ ਕੀ ਜਾ ਰਹੀ ਹੈ, ਲੋਕੋਂ ਕਾ ਨਾਮ ਪਰਚਾ ਦਰਜ ਕਰਾਇਆ ਗਿਆ ਜੀ। ਇਸਮੇਂ ਜੋ ਹੈ ਵੋ ਲੜਕੀ ਕੇ ਪਰਿਜਨ ਹੈ ਸਾਰੇ? ਇਹ ਨਹੀਂ ਕਹਿ ਸਕਦੇ ਕਿਉਂਕਿ ਮੈਂ ਕੁਛ ਲੜਕੀ ਪ੍ਰੀਜਨ ਵੀ ਹੈ ਔਰ ਰਿਸ਼ਤੇਦਾਰ ਵੀ ਹੋ ਸਕਦੇ ਉਸ ਮੰਦਿਰ ਜੀ। ਕੋਈ ਗ੍ਰਿਫਤਾਰੀ ਅਭੀ ਤੱਕ ਹੋਈ? ਕੋਈ ਗ੍ਰਿਫਤਾਰੀ ਨਹੀਂ ਹੈ, ਟੀਮ ਭੇਜ ਰੱਖੀ ਹੈ, ਜਲਦੀ ਗ੍ਰਿਫਤਾਰ ਕਰ ਲਿਆ।